ਲੈਣ ਕਾਵਲ ਉੱਤਰ ਜਾਂਦੀ। ਜਦੋਂ ਖੁੰਡਾ ਤੇ ਬੈਠੇ ਸੀ ਮੈਂ ਉਹਨਾਂ ਦੇ ਪੈਰ ਹੀ ਹੱਥ ਲਾਇਆ ਕਰਦਾ ਸੀ, ਪਿਆਰ ਦਿੰਦੇ ਸੀ, ਸਤਿਕਾਰ ਦਿੰਦੇ ਸੀ, ਕਹਿੰਦੇ ਰਾਜਿਆ ਅਸੀਂ ਬਾਦਲ ਤੋਂ ਬਿਨਾਂ ਕਦੇ ਵੋਟ ਨਹੀਂ ਪਾਈ। ਮੈਂ ਕਿਹਾ ਮੈਂ ਵੋਟ ਮੰਗਦਾ ਹੀ ਨਹੀਂ, ਮੈਂ ਫੇਰ ਪੈਰ ਹੀ ਹੱਥ ਲਾ ਦਿੰਦਾ। ਕਹਿੰਦੇ ਸਾਨੂੰ ਲੱਗਦਾ ਤੂੰ ਸਾਨੂੰ ਖਿੱਚੇਗਾ। ਤੇ ਐਸੀ ਕਹਾਣੀ ਬਣੀ ਗਿੱਦੜਵਾ ਦੇ ਅੰਦਰ, ਮੈਂ ਨੀਲੀਆਂ ਪੱਗਾਂ ਵਾਲੇ ਜਿਹੜੇ ਬਾਪੂ 100-80 ਸਾਲ ਦੇ ਅਕਾਲੀ ਦਲ ਨੂੰ ਮੋਟਾ ਪਾਉਂਦੇ ਸੀ, ਉਹਨਾਂ ਦੇ ਪੈਰੀ ਹੱਥ ਲਾਉਂਦਾ। ਤੁਹਾਡਾ ਇਹ ਪੁੱਤ ਗਿੱਦੜਵੇ ਦਾ MLA ਬਣ ਗਿਆ। ਅੱਜ ਤੱਕ ਗਿੱਦੜਵੇ ਤੋਂ ਕਾਂਗਰਸ ਪਾਰਟੀ ਜਿੱਤੀ ਨਹੀਂ ਗਈ। ਪਹਿਲਾ ਰਾਜਾ ਬਣੇ ਤੁਹਾਡੀ ਕਿਰਪਾ ਦੇ ਨਾਲ, ਲੋਕਾਂ ਦੀ ਕਿਰਪਾ ਦੇ ਨਾਲ। ਜਗਾਰਾ ਸਾਹਿਬ ਇਹ ਜਿਦਾਰੂ ਲੋਕ ਹੈ ਜਿਹੜਾ ਤੁਸੀਂ ਕਿਹਾ ਨਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਚੱਕਦੇ ਫੱਟੇ, ਜਿਹੜੇ ਇਹੋ ਜਿਹੇ ਵੋਟ ਬੰਦੇ ਹੁੰਦੇ ਉਹ ਇਨਕਲਾਬੀ ਹੁੰਦੇ। ਉਹ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਨਵੀਂ ਪਾਰਟੀ ਹੈ ਕੁਝ ਨਵਾਂ ਕਰਕੇ ਵਿਖਾਏਗੀ। ਇਹਨਾਂ ਦਾ ਕਸੂਰ ਤਾਂ ਨਹੀਂ, ਇਹਨਾਂ ਨੇ ਮਾੜਾ ਨਹੀਂ ਸੋਚਿਆ, ਲੇਕਿਨ ਜੇ ਗਊ ਗਾਰ ਚ ਬਹਿ ਜੇ ਤਾਂ ਇਹਨਾਂ ਦਾ ਕੀ ਕਸੂਰ ਹੈ? ਇਹਨਾਂ ਦਾ ਕੋਈ ਕਸੂਰ ਨਹੀਂ। ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਤੁਹਾਨੂੰ ਮੇਰੇ ਭਰਾਓ, ਸਮਾਂ ਸੀਗਾ ਕੇਜਰੀਵਾਲ ਆਇਆ, ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ। ਕਹਿੰਦਾ ਮੈਂ ਮਜੀਠੀਏ ਨੂੰ ਫੜ ਕੇ ਅੰਦਰ ਦੇਊਂਗਾ। ਸਭ ਤੋਂ ਪਹਿਲਾਂ ਕੇਜਰੀਵਾਲ ਮਜੀਠੀਏ ਤੋਂ ਮਾਫੀ ਮੰਗਿਆ, ਫਿੱਟੇ ਮੂੰਹ ਤੇਰਾ ਤੈਨੂੰ ਲੋਕਾਂ ਨੇ। ਉਹ ਦਿੱਲੀਓਂ ਆਇਆ, ਨਾ ਜਾਤ ਦਾ ਨਾ ਪਾਤ ਦਾ ਆਪਣੇ ਦਾ, ਇਸ ਦੇ ਬਾਵਜੂਦ ਵੀ ਤੁਸੀਂ ਉਹਨੂੰ ਅੱਖਾਂ ਤੇ ਬਿਠਾ ਲਿਆ ਤੇ ਤੁਹਾਡੇ ਨਾਲ ਧੋਖਾ ਹੋਇਆ। ਮੈਨੂੰ ਲੱਗਦਾ ਤੁਹਾਡੇ ਨਾਲ ਧੋਖਾ ਹੋਇਆ। ਲਓ ਆ ਤੁਹਾਡਾ ਮੁੰਡਾ ਜਿਹੜਾ ਆਮ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਹੈ। ਮੇਰਾ ਬਾਪ ਸਰਪੰਚ ਵੀ ਨਹੀਂ ਸੀ, ਮੇਰਾ ਬਾਪ ਚੌਕੀਦਾਰ ਵੀ ਨਹੀਂ ਸੀ। ਮੈਂ ਇਕੱਲੇ ਕਹਿ ਰਹੇ ਨੇ ਰਾਜਨੀਤੀ ਸ਼ੁਰੂ ਕੀਤੀ ਹੈ, ਔਰ ਇਕੱਲਾ ਕਹਿ ਰਹਾ ਘਰ ਦਾ ਰਾਜਨੀਤੀ ਸ਼ੁਰੂ ਕਰਕੇ ਅੱਜ ਮੈਂ ਦੁਨੀਆ ਦੇ ਸਭ ਤੋਂ ਅਮੀਰ ਸਿੱਖ ਪਰਿਵਾਰ ਨਾਲ ਮੱਥਾ ਲਾਇਆ, ਪੰਜਾਬ ਦੇ ਸਭ ਤੋਂ ਤਾਕਤਵਰ ਪਰਿਵਾਰ ਨਾਲ ਮੱਥਾ ਲਾਇਆ। ਮੈਨੂੰ ਪਤਾ ਹੈ ਕਿ ਮੇਰੇ ਲੋਕਾਂ ਨੇ ਮੇਰੇ ਤੇ ਕਿਰਪਾ ਕਰ ਦੇਣੀ ਹੈ, ਇਸ ਕਰਕੇ ਮੈਂ ਸਭ ਤੋਂ ਤਕੜੇ ਪਰਿਵਾਰ ਨਾਲ ਮੱਥਾ ਲਾਇਆ। ਮੈਂ 6 ਸਾਲ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ, ਮੈਂ 8 ਸਾਲ ਦਾ ਸੀ ਜਦੋਂ ਮੇਰੇ ਬਾਪ ਦੀ ਮੌਤ ਹੋ ਗਈ। ਨਾਨਕਿਆਂ ਦੇ ਘਰੇ ਰਹਿ ਕੇ ਪੜਿਆ, ਨਾ ਕੋਈ ਚਾਚਾ ਨਾ ਕੋਈ ਤਾਇਆ। ਮੈਨੂੰ ਯਾਦ ਹੈ ਉਹ ਮਾੜੇ ਦਿਨ ਜ਼ਿੰਦਗੀ ਦੇ, ਜਦੋਂ ਰਾਤ ਨੂੰ ਅਸੀਂ ਭੈਣ ਭਰਾ ਸੁੱਤੇ ਪਏ ਉੱਠ ਕੇ ਆਪਦੀ ਨਾਨੀ ਨੂੰ ਪੁੱਛਿਆ ਕਰਦੇ ਸੀ ਕਿ ਨਾਨੀ ਜੀ ਸਾਡੀ ਮੰਮੀ ਕਿੱਥੇ ਹੈ? ਤੇ ਮੇਰੀ ਨਾਨੀ ਜਵਾਬ ਦਿੰਦੀ ਸੀ, ਪੁੱਤ ਤੇਰੀ ਮਾਂ ਗਰਾਂ ਗਈ ਹੈ। ਮੈਂ ਉਹਨਾਂ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਕੇ ਆਇਆ। ਤੇ ਮੇਰੀ ਨਾਨੀ ਨੇ ਜਟਾਣਾ ਸਾਹਿਬ ਮੈਨੂੰ 5:30 ਵਜੇ ਖੜਾ ਕਰ ਲੈਣਾ, ਸੁਬਾਹ ਚੱਲ ਮੱਝ ਚੋਣ ਚੱਲੀਏ। ਪਹਿਲਾਂ ਮੈਨੂੰ ਕਹਿਣਾ ਕਿ ਆ ਫੋੜਾ ਚੱਕ ਗੋਹਾ ਖਿੱਚ, ਫਿਰ ਮੈਂ ਮੱਝ ਦੀ ਪੂਛ ਬੰਨਣੀ, ਫਿਰ ਮੈਂ ਮੱਝ ਦਾ ਲੇਵਾ ਧੋਣਾ, ਫਿਰ ਮੇਰੀ ਨਾਨੀ ਨੇ ਧਾਰ ਕੱਢਣੀ ਤੇ ਮੈਂ ਮੱਝ ਦੇ ਸਾਹਮਣੇ ਪੱਠਿਆਂ ਤੇ ਸੂੜ ਸਿੱਟਣਾ। ਇਹ ਸਾਰੇ ਕੰਮ ਰਾਜੇ ਵੜਿੰਗ ਨੇ ਵੇਖੇ ਹੈ। ਇਹ ਸਾਰੇ ਕੰਮ ਕਰਕੇ
ਹੌਲੀ 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 ਚੱਲਦਾ ਚੱਲਦਾ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਲੀਡਰ ਬਣਾ। ਮੈਂ ਚੱਲਦਾ ਗਿਆ, ਇਕੱਲਾ ਤੁਰਿਆ, ਬੰਦੇ ਆਉਂਦੇ ਗਏ, ਕਾਰਵਾਂ ਬਣਦਾ ਗਿਆ ਤੇ ਅੱਜ ਰਾਜੇ ਵੜਿੰਗ ਤੋਂ ਰਾਜਾ ਵੜਿੰਗ MLA ਬਣ ਗਿਆ। ਮੈਂ ਆਮ ਸਧਾਰਨ ਕਿਸਾਨ ਦਾ ਪੁੱਤ ਹਾਂ, ਮੈਂ ਆਮ ਸਧਾਰਨ ਕਿਸਾਨ ਦਾ ਪੁੱਤ ਹੈ ਜਿਹੜਾ ਦਿੱਕਤਾਂ ਤੋਂ ਨਿਕਲ ਕੇ ਇੱਥੋਂ ਤੱਕ ਪਹੁੰਚਿਆ। ਇਹ ਮੈਂ ਤੁਹਾਨੂੰ ਆਪਦੀ ਜਾਣ ਪਛਾਣ ਦੇਣੀ ਚਾਹੁੰਦਾ ਸਾਂ। ਸੋ ਮੇਰੇ ਸਤਿਕਾਰਯੋਗ ਭਰਾਓ, ਮੇਰੇ ਬਜ਼ੁਰਗੋ, ਅੱਜ ਮੁਕਾਬਲਾ ਬੜੇ ਜ਼ਾਲਮ ਲੋਕਾਂ ਨਾਲ ਹੈ, ਬੜੇ ਧਨੰਤਰ ਲੋਕਾਂ ਦੇ ਨਾਲ ਹੈ। ਫੈਸਲਾ ਪਤਾ ਨਹੀਂ ਕੀ ਹੋਣਾ, ਪਰ ਮੇਰਾ ਮਨ ਕਹਿ ਰਿਹਾ, ਮੇਰਾ ਮਨ ਕਹਿ ਰਿਹਾ, ਮੇਰਾ ਦਿਲ ਕਹਿ ਰਿਹਾ। ਕੱਲ ਮੈਂ ਲੰਬੀ ਦੇ ਪਿੰਡਾਂ 'ਚ ਜਾ ਕੇ ਆਏ ਹਾਂ, ਗੁੱਸਾ ਨਾ ਕਰਿਓ, ਸੱਚ ਜਾਣਿਓ। ਆ ਜਿੰਨਾ ਤੁਹਾਡੇ ਪਿੰਡ ਦੇ ਇਕੱਠ ਕੀਤਾ, ਇੱਥੋਂ ਵੀ ਦੋ ਦੋ ਗੁਣਾ ਜ਼ਿਆਦਾ ਲੋਕ ਮੈਨੂੰ ਵੇਖਣ ਵਾਸਤੇ ਆਏ। ਉਹਦਾ ਕਾਰਨ ਇਹ ਸੀ, ਤੁਸੀਂ ਮੇਰੇ ਤੋਂ ਦੂਰ ਬੈਠੇ ਹੋ। ਲੰਬੀ ਤੇ ਗਿੱਦੜਬਾ ਜਵਾਂ ਨਾਲ ਨਾਲ ਹੈ, ਉਹ ਮੇਰੇ ਸੁਭਾਅ ਤੋਂ ਵਾਕਫ ਹੈ, ਉਹ ਮੇਰੇ ਕੰਮਾਂ ਤੋਂ ਵਾਕਫ ਹੈ। ਉਹਨਾਂ ਨੂੰ ਪਤਾ ਕਿ ਰਾਤ ਨੂੰ ਇਹਨੂੰ 12 ਵਜੇ ਠਾ ਸਕਦੇ ਹੈ। ਉਹਨਾਂ ਨੂੰ ਪਤਾ ਹੈ ਕਿ ਜਿਹਦੀ ਬੇਬੇ ਦੀ ਪੈਨਸ਼ਨ ਨਹੀਂ ਆਉਂਦੀ, ਉਹ ਰਾਜੇ ਨੂੰ ਗਲੇ ਤੋਂ ਫੜ ਲੈਂਦੀ ਹੈ, ਉਹ ਮੈਨੂੰ ਆਪਦਾ ਸਮਝਦੇ ਹੈ। ਉਹਨਾਂ ਨੇ ਮੈਨੂੰ ਕਿਹਾ, ਪਹਿਲੀ ਵਾਰੀ ਵੱਡੇ ਵੱਡੇ ਬੰਦੇ ਲੀਡਰ ਲੜੇ, ਪਰ ਪਹਿਲੀ ਵਾਰੀ ਸਾਨੂੰ ਇਹ ਯਕੀਨ ਲੱਗਦਾ ਕਿ ਰਾਜਾ ਵੜਿੰਗ ਸਾਡੀ ਬਾਂਹ ਫੜੂਗਾ, ਲੰਬੀ ਵਾਲਿਆਂ ਦੀ ਬਾਂਹ ਫੜੂਗਾ, ਕਿਉਂਕਿ ਸਾਡੀ 40 ਸਾਲਾਂ ਤੋਂ ਕਿਸੇ ਨੇ ਬਾਂਹ ਨਹੀਂ ਫੜੀ। ਪਰ ਜੋ ਲੰਬੀ 'ਚ ਮਾਹੌਲ ਵੇਖਣ ਨੂੰ ਮਿਲਿਆ, ਮੈਨੂੰ ਇੰਝ ਲੱਗਦਾ ਹੈ ਕਿ ਲੰਬੀ ਦੇ ਵਿੱਚੋਂ ਕਿਤੇ ਕਾਂਗਰਸ ਦੀ ਵੋਟ ਨਾ ਵੱਧ ਜੇ, ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਅਤੇ ਜੇ ਲੰਬੀ ਤੋਂ ਵੱਧ ਗਈ ਤਾਂ ਬਸ ਫਿਰ ਬੀਬੀ ਬਾਦਲ ਦਾ ਕੰਮ ਹੋ ਗਿਆ। ਬਾਦਲ ਸਾਹਿਬ, ਜਿਹੜਾ ਤੁਹਾਡਾ ਸਰਮਾਇਆ ਕਮਾਇਆ ਪਿਆ ਸੀ, ਜਿਹੜਾ ਲੁੱਟ ਕੇ ਪੈਸਾ ਬਣਾਇਆ, ਲੋਕਾਂ ਦਾ ਖੂਨ ਚੂਸ ਕੇ ਪੈਸਾ ਬਣਾਇਆ, ਧਨ ਦੌਲਤ ਬਣਾਇਆ, ਆਉਣ ਵਾਲੀ 19 ਤਰੀਕ ਨੂੰ ਤੁਸੀਂ ਤੇ ਸੁਖਬੀਰ ਬੈਠ ਕੇ ਗੱਲਾਂ ਕਰੋਗੇ, ਔਰ ਦੁਨੀਆਂ ਦੇ ਅੰਦਰ ਇਸ ਗੱਲ ਦੀ ਮਿਸਾਲ ਹੋਏਗੀ ਕਿ ਪੈਸੇ ਦੇ ਨਾਲ ਲੋਕਾਂ ਦਾ ਇਮਾਨ ਨਹੀਂ ਖਰੀਦਿਆ ਜਾ ਸਕਦਾ। ਜੇ ਲੋਕ ਮਨ ਬਣਾ ਲੈਣ ਤਾਂ ਉਹ ਪੈਸੇ ਨੂੰ ਠੋਕਰ ਮਾਰ ਦਿਆ ਕਰਦੇ ਹੈ, ਪਰ ਨਵਾਂ ਇਤਿਹਾਸ ਰਚ ਦਿਆ ਕਰਦੇ ਹੈ। ਹੁਣ ਇਸ ਗੱਲ ਦਾ ਮੈਨੂੰ ਪੂਰਨ ਯਕੀਨ ਹੈ ਕਿ ਆਉਣ ਵਾਲੀ 19 ਤਰੀਕ ਨੂੰ ਤਲਵੰਡੀ ਸਾਬੋ ਦੇ ਲੋਕ, ਬਠਿੰਡਾ ਦੇ ਲੋਕ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਨੇ। ਸੋ ਮੇਰੇ ਸਤਿਕਾਰਯੋਗ ਭਰਾਓ, ਮੇਰੀ ਲੜਾਈ ਪਰਿਵਾਰਵਾਦ ਦੇ ਖਿਲਾਫ ਹੈ, ਮੇਰੀ ਲੜਾਈ ਰਜਵਾੜੇ ਸ਼ਾਹੀ ਦੇ ਖਿਲਾਫ ਹੈ, ਮੇਰੀ ਲੜਾਈ ਉਹਨਾਂ ਅਮੀਰਜ਼ਾਦਿਆਂ ਦੇ ਖਿਲਾਫ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ, ਜਿਨ੍ਹਾਂ ਨੇ ਇਸ ਸੂਬੇ ਨੂੰ ਲੁੱਟਣ ਦਾ ਕੰਮ ਕੀਤਾ। ਤੁਸੀਂ ਜਾਣਦੇ ਨਹੀਂ, ਸਰਦਾਰ ਬਾਦਲ ਨੇ, ਟਰੈਕਟਰ ਹੁੰਦਾ ਸੀ ਸਰਦਾਰ ਬਾਦਲ ਕੋਲੇ, ਜਦੋਂ ਪਹਿਲੀ ਵਾਰੀ ਕਾਗਜ਼ ਭਰੇ ਸਨ, ਇੱਕ ਟਰੈਕਟਰ ਵਿਖਾਇਆ ਜਾਇਦਾਦ ਦੇ ਵੱਲੋਂ, ਤੇ ਜਦੋਂ ਹੁਣ ਕਾਗਜ਼ ਭਰਦੇ ਹਨ। ਕੱਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਦੇ ਕਾਗਜ਼ ਭਰੇ ਪਰਸੋਂ, ਤੇ ਤੁਹਾਨੂੰ ਪਤਾ ਕਿੰਨੇ ਦੀ ਜਾਇਦਾਦ ਵਿਖਾਈ, ਕਿੰਨੇ ਦੀ ਵਿਖਾਈ? ਇਕੱਲੇ 7 ਕਰੋੜ ਦੇ ਗਹਿਣੇ ਵਿਖਾਏ ਗਏ ਕਿ ਮੇਰੇ ਕੋਲੇ 7 ਕਰੋੜ ਦੇ ਇਕੱਲੇ ਗਹਿਣੇ ਹੈ। ਇਸ ਤੋਂ ਬਿਨਾਂ ਜ਼ਮੀਨ, ਜਾਇਦਾਦ, ਹੋਟਲ, ਕੰਪਨੀਆਂ, 7 ਕਰੋੜ ਦੇ ਬੁੜੀ ਗਹਿਣੇ ਪਾਉਂਦੀ ਹੈ।
ਤੇ ਇਸ ਕਰਕੇ ਤੁਹਾਡੇ ਕੋਲ ਕਦੇ ਮੈਨੂੰ ਨਹੀਂ ਲੱਗਦਾ ਚੱਠੇ ਵਾਲੇ ਉਹ ਆਈ ਹੋਈ ਆਈ ਵੀ ਨਹੀਂ ਕਦੇ ਮੈਨੂੰ ਨਹੀਂ ਲੱਗਦਾ ਕਿ ਕਦੇ ਬੀਬੀ ਆਈ ਤੇ ਤੁਹਾਨੂੰ ਆ ਕੇ ਮਿਲੀ ਇਹਨਾਂ ਲੋਕਾਂ ਨੇ ਉਹਨਾਂ ਦੇ ਮਨ 'ਚ ਆਏ ਗੱਲ ਬੀਬੀ ਦੇ ਮੈਨੂੰ ਮਿਲਣ ਦੀ ਲੋੜ ਨਹੀਂ ਮੇਰੇ ਕੋਲ ਸਰਮਾਇਆ ਮੇਰੇ ਕੋਲ 5 ਵਾਰੀ ਬਣਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ ਮੇਰੇ ਕੋਲ ਸੁਖਬੀਰ ਸਿੰਘ ਬਾਦਲ ਹੈ ਮੇਰੇ ਕੋਲ ਮਜੀਠੀਆ ਹੈ ਬੀਬੀ ਨੂੰ ਇਹ ਗਰੂਰ ਹੈ ਕਿ ਮੇਰੇ ਕੋਲ ਜਨਮੇਜਾ ਸਿੱਖੋ ਹੈ ਮੇਰੇ ਕੋਲ ਮਲੁੱਕ ਹੈ ਮੈਂ ਰਾਜੇ ਵੜਿੰਗ ਨੂੰ ਕੀ ਜਾਣਦੀ ਹੈ ਲੈ ਬੀਬੀ ਮੈਂ ਤੈਨੂੰ ਬੇਨਤੀ ਕਰਨੀ ਚਾਹੁੰਦਾ ਮੇਰੇ ਕੋਲ ਕੱਖ ਵੀ ਹੈ ਨਹੀਂ ਪਰ ਮੇਰੇ ਕੋਲ ਇਹਨਾਂ ਲੋਕਾਂ ਦਾ ਆਸ਼ੀਰਵਾਦ ਹੈ ਜਿਹੜੀਆਂ ਮੇਰੀਆਂ ਮਾਵਾਂ ਤੇ ਭਰਾ ਖੜੇ ਹੈ ਪਰਮਾਤਮਾ ਕਿਰਪਾ ਕਰੇ ਜੇ ਇਹਨਾਂ ਲੋਕਾਂ ਨੇ ਮਨ ਬਣਾ ਲਿਆ ਤਾਂ ਰਾਜੇ ਵੜਿੰਗ ਨੂੰ ਕੋਈ ਹਰਾ ਨਹੀਂ ਸਕਦਾ ਤੇ ਜੇ ਇਹਨਾਂ ਦਾ ਮਨ ਨਾ ਬਣਿਆ ਤਾਂ ਫਿਰ ਮੇਰੀ ਕੋਈ ਪਾਰ ਲਾ ਨਹੀਂ ਸਕਦਾ ਮੇਰੇ ਸਤਿਕਾਰਯੋਗ ਭਰਾਓ ਬਾਦਲ ਦੇ ਰਾਜ ਦੇ ਅੰਦਰ ਜੋ ਹੁੰਦਾ ਰਿਹਾ ਤੁਸੀਂ ਵੇਖਿਆ ਕਿਸਾਨੀ ਦਾ ਮਾੜਾ ਹਾਲ ਜਵਾਨੀ ਦਾ ਮਾੜਾ ਹਾਲ ਗਰੀਬਾਂ ਦਾ ਮਾੜਾ ਹਾਲ ਮਜ਼ਦੂਰਾਂ ਦਾ ਮਾੜਾ ਹਾਲ ਅੱਜ ਤੋਂ 2 ਸਾਲ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਮੰਡੀਆਂ ਦੇ ਵਿੱਚ ਤੁਹਾਡਾ ਝੋਨਾ ਰੁਲਦਾ ਹੁੰਦਾ ਸੀ ਝੋਨਾ 25-25 ਦਿਨ ਮੰਡੀਆਂ 'ਚ ਤੁਹਾਡੇ ਲੱਗਦੇ ਹੁੰਦੇ ਸੀ ਕਾਂਗਰਸ ਪਾਰਟੀ ਦਾ ਰਾਜ ਆਇਆ 2 ਝੋਨੇ ਦੀਆਂ ਫਸਲਾਂ ਚੱਕੀਆਂ ਗਿੱਲਾ ਝੋਨਾ ਤੋੜ ਕੇ ਆਏ ਤੁਸੀਂ ਗਿੱਲਾ ਤੁਹਾਡਾ 2 ਦਿਨਾਂ ਦੇ ਵਿੱਚ ਝੋਨਾ ਚੱਕ ਕੇ ਨਾਲ ਦੀ ਨਾਲ ਮੰਡੀਆਂ 'ਚੋਂ ਲੈ ਗਏ ਤੁਹਾਨੂੰ ਪੈਸੇ ਮਿਲ ਗਏ ਬਾਦਲ ਸਾਹਿਬ ਦਾ ਰਾਜ ਆਇਆ ਤਾਂ 2500 ਰੁਪਇਆ ਬਾਸਮਤੀ ਦਾ ਭਾਅ ਹੁੰਦਾ ਸੀ